ਇਹ ਗੁਰੂ ਮਹਾਰਾਜ ਦਾ ਜੰਗਲ ਹੈ, ਇਹ ਤੰਦਰੁਸਤੀ ਵਾਸਤੇ, ਬਾਅਦ ਦੀ ਸੁੱਖ ਸ਼ਾਂਤੀ ਵਾਸਤੇ, ਨਗਰ ਦੇ ਇਤਬਾਰ ਦੇ ਵਾਸਤੇ ਇਹਦਾ ਇੱਥੇ ਆ ਗਏ ਹੋਏ ਨੇ। ਉਹਨਾਂ ਦੀ ਤੰਦਰੁਸਤੀ ਵਾਸਤੇ, ਉਹਨਾਂ ਦੇ ਕਾਰੋਬਾਰ ਦੇ ਵਾਸਤੇ ਇਹ ਜੰਗਲ ਜਿਹੜੇ ਕਰਵਾਏ ਜਾ ਰਹੇ ਹੈ। ਇਹ ਸਵਾਦ ਕੱਢ ਕੇ ਇਸੇ ਜਿਹੜੇ ਪਰਿਵਾਰਾਂ ਨੂੰ ਦਿੱਤੇ ਜਾਇਆ ਕਰਕੇ ਤੇ ਉਸ ਪਿੰਡ ਦੇ ਸੁੱਖ ਸ਼ਾਂਤੀ ਹੈ। ਕਿਉਂਕਿ ਚੱਲ ਭਾਈ ਪੰਜਾਬੀ ਮੇਰੇ ਵੱਲ ਕਰਦੇ ਆ ਕਿਉਂਕਿ ਮਾਝਾ ਮਾਲਾ ਦਾ ਦਰਬਾਰ।